ਪੰਜਾਬ ਦੇ ਵਿੱਚ ਵਾਇਰਲ ਵੀਡੀਓ ਹੋਣ ਦਾ ਰੁਝਾਨ ਰੁਕਦਾ ਨਜ਼ਰ ਨਹੀਂ ਆ ਰਿਹਾ ਸਭ ਤੋਂ ਪਹਿਲਾਂ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਵਾਇਰਲ ਹੋਈ ਸੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੇ ਆ ਉਹ ਲੋਕਾਂ ਦੀ ਵੀਡੀਓ ਲੋਕ ਵਾਇਰਲ ਕਰ ਰਹੇ ਆ ਹੁਣ ਬਾਜ਼ਾਰ ਦੇ ਵਿੱਚ ਇਹ ਫਾਫ ਫਲਾਈ ਜਾ ਰਹੀ ਹੈ ਕਿ ਅਮਿਤ ਅਰੋੜਾ ਜਿਹੜਾ ਕਿ ਅਕਸਰ ਆਪਣੇ ਗਰਮ ਬਿਆਨਾਂ ਦੇ ਕਰਕੇ ਜਾਣਿਆ ਜਾਂਦਾ ਏ ਉਸ ਦੀ ਇੱਕ ਵੀਡੀਓ ਬਣਾ ਕੇ نیچے ਉਸ ਦਾ ਨਾਮ ਲਿਖ ਕੇ ਵਾਇਰਲ ਕੀਤੀ ਜਾ ਰਹੀ ਹੈ ਪਰ ਜਦੋਂ ਅਸੀਂ ਇਸ ਨੂੰ ਚੈੱਕ ਕੀਤਾ ਕਿ ਅਸਲ ਦੇ ਵਿੱਚ ਹੀ ਅਮਿਤ ਅਰੋੜਾ ਦੀ ਵੀਡੀਓ ਹੈ ਜਾਂ ਫਿਰ ਇਹ ਹੋਰ ਕਿਸੇ ਦੀ ਵੀਡੀਓ ਆ ਅਮਿਤ अरोड़ा ਨੂੰ ਬਦਨਾਮ ਕਰਨ ਦੇ ਲਈ ਇਹ ਵੀਡੀਓ ਜਿਹੜੀ ਸੋਸ਼ਲ ਸਾਈਟਾਂ ਦੇ ਉੱਤੇ ਪਾਈ ਜਾ ਰਹੀ ਹੈ ਜਾਂ ਫਿਰ WhatsApp ਗਰੁੱਪਾਂ ਦੇ ਵਿੱਚ ਫੈਲਾਈ ਜਾ ਰਹੀ ਹੈ ਤੇ ਜਦੋਂ ਅਸੀਂ ਚੈੱਕ ਕੀਤਾ ਫੈਕਟ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਅਮਿਤ अरोड़ा ਦੀ ਵੀਡੀਓ ਨਹੀਂ ਇਹ ਕਿਸੇ ਹੋਰ ਇਨਸਾਨ ਦੀ ਵੀਡੀਓ ਆ ਸਿਰਫ ਸਿਰ ਤੇ ਵਾਲ ਨਾ ਹੋਣ ਕਰਕੇ ਅਮਿਤ अरोड़े ਦਾ ਨਾਮ ਲਿਆ ਗਿਆ ਹੈ ਕਿਉਂਕਿ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਅਮਿਤ अरोड़ा ਤੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਬਿਆਨਾਂ ਕਰਕੇ ਕਾਫੀ ਜ਼ਿਆਦਾ ਜਿਹੜੀ ਪਰੇਸ਼ਾਨੀ ਵੀ ਹੁੰਦੀ ਹੈ ਸਮਾਜ ਦੇ ਵਿੱਚ ਮੰਨਿਆ ਜਾਂਦਾ ਕਿ ਢਕਾਉ ਬਿਆਨ ਦਿੰਦੇ ਅਮਿਤ ਅਰੋੜਾ ਇਸ ਕਰਕੇ ਕਈ ਲੋਕ ਉਹਨਾਂ ਦੇ ਨਾਲ ਨਫ਼ਰਤ ਕਰਦੇ ਆ ਉਹਨਾਂ ਵੱਲੋਂ ਲਗਾਤਾਰ ਜਿਹੜੀ ਇਹ ਵੀਡੀਓ ਇਹ ਅਮਿਤ ਅਰੋੜਾ ਦੀ ਵੀਡੀਓ ਕਹਿ ਕੇ ਜਿਹੜੀ ਅਕਸਰ WhatsApp ਗਰੁੱਪਾਂ ਦੇ ਵਿੱਚ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਭੇਜੀ ਜਾ ਰਹੀ ਹੈ ਪਰ ਅਸਲ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਅਮਿਤ अरोड़ा ਦੀ ਵੀਡੀਓ ਨਹੀਂ ਕੀ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਅਮਿਤ अरोड़ा ਉਹੀ ਇਨਸਾਨ ਆ ਜਿਹੜਾ ਆਪਣੇ ਆਪ ਨੂੰ Hindu ਰੋਂਦੇ ਹੋਏ ਆਉਗੇ ਹੱਸਦੇ ਹੋਏ ਜਾਓਗੇ ਖੁਸ਼ੀ ਕਰਨ ਕਰਵਾਓ ਮਨ ਚਾਹ ਪਿਆਰ ਪਾਓ ਗੈਟ ਐਟਸ ਲਵ ਬੈਕ ਇਨ ਯੂ ਲਾਈਫ ਪਰੇਸ਼ਾਨੀ ਜਿਵੇਂ ਪਿਆਰ ਤੋਂ ਖਾ ਖੋਇਆ ਪਿਆਰ ਵਾਪਸ ਪਾਉਣਾ ਪ੍ਰੇਮ ਵਿਆਹ ਲਈ ਮਾਤਾ ਪਿਤਾ ਨੂੰ ਮਨਾਉਣਾ ਸਵਤਨ ਦੁਸ਼ਮਨ ਤੋਂ ਛੁਟਕਾਰਾ ਪਲੈਟਿਨਮ ਬੰਬਰ ਪਾਓ 649 ਜਾਂ ਹੋਵੇ ਲੋਟੋ ਮੈਕ ਟੁਕੀ ਪੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ